ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਖਾਸ ਤੌਰ ਤੇ ਗੱਲ ਕਰਾਂਗੇ ਕੇਂਦਰ ਸਰਕਾਰ ਦੇ ਆਉਣ ਵਾਲੇ ਬਜਟ ਬਾਰੇ ਔਰ ਇਸ ਦੇ ਨਾਲ ਹੀ ਗੱਲ ਕਰਾਂਗੇ ਟੈਕਸ ਰੈਜ਼ਾਈਮਜ਼ ਬਾਰੇ ਓਲਡ ਟੈਕਸ ਰੈਜ਼ਾਈਮ ਤੇ ਨਿਊ ਟੈਕਸ ਰੈਜ਼ਾਈਮ ਕਿਉਂਕਿ ਮਾਰਚ ਦਾ ਮਹੀਨਾ ਬਹੁਤ ਨੇੜੇ ਹੈ ਤੇ ਬਹੁਤ ਸਾਰੇ ਜਿਹੜੇ EMPLOYEES ਨੇ ਜਾਂ ਫਿਰ PENSIONERS ਨੇ ਉਹ ਟੈਕਸ ਦੀ ਕੈਲਕੂਲੇਸ਼ਨ ਕਿੱਦਾਂ ਕੀਤੀ ਜਾਵੇ ਕੀ ਕੀ ਰਿਬੇਟ ਜਿਹੜੀ ਹੈ ਓਲਡ ਟੈਕਸ ਰੈਜ਼ਾਈਮ ਤੇ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਹੁਣ ਮਿਲਦੀ ਹੈ ਔਰ ਕਿਹੜੀ ਆਮਦਨ ਦੇ ਲਈ ਕਿਹੜਾ ਟੈਕਸ ਰੈਜ਼ਾਈਮ ਜਿਹੜਾ ਬਿਹਤਰ ਹੈ ਇਸ ਬਾਰੇ ਜਿਹੜੀ ਅੱਜ ਦੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਅ ਦੋਸਤੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਇਸ ਵਕਤ ਜਿਹੜੇ ਟੈਕਸ ਰੈਜ਼ਾਈਮ ਨੇ ਜਾਂ ਫਿਰ ਰਜ਼ੀਮ ਨੇ ਉਹ ਦੋ ਤਰ੍ਹਾਂ ਦੇ ਇਸ ਵਕਤ ਚੱਲ ਰਹੇ ਨੇ 올ਡ ਟੈਕਸ ਰੈਜ਼ਾਈਮ ਤੇ ਨਿਊ ਟੈਕਸ ਰੈਜ਼ਾਈਮ 올ਡ ਟੈਕਸ ਰੈਜ਼ਾਈਮ ਬਾਰੇ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਪਹਿਲਾਂ ਹੀ ਹੋਵੇਗੀ ਕਿ 2.5 ਲੱਖ ਤੱਕ ਤੁਹਾਨੂੰ ਕੋਈ ਟੈਕਸ ਜਿਹੜਾ ਹੈ ਦੇਣਾ ਨਹੀਂ ਹੋਵੇਗਾ ਆਪਣੀ ਆਮਦਨ ਤੇ 2.5 ਲੱਖ ਤੋਂ 5 ਲੱਖ ਤੱਕ ਤੁਹਾਨੂੰ 5% ਟੈਕਸ ਦੇਣਾ ਹੋਵੇਗਾ 5 ਲੱਖ ਤੋਂ 10 ਲੱਖ ਦੇ ਦੌਰਾਨ 20% ਤੇ 10 ਲੱਖ ਤੋਂ ਉੱਪਰ 30% ਟੈਕਸ ਜਿਹੜਾ ਹੈ ਤੁਹਾਨੂੰ 올ਡ ਟੈਕਸ ਰੈਜ਼ਾਈਮ ਦੇ ਵਿੱਚ ਦੇਣਾ ਹੁੰਦਾ ਔਰ ਮੈਂ ਦੱਸਦਾ ਕਿ 올ਡ ਟੈਕਸ ਰੈਜ਼ਾਈਮ ਦੇ ਵਿੱਚ ਬਹੁਤ ਸਾਰੇ ਹੋਰ ਵੀ ਫਾਇਦੇ ਜਿਹੜੇ ਨੇ ਤੁਹਾਨੂੰ ਮਿਲਦੇ ਨੇ ਜਿੱਦਾਂ ਕਿ ਸਟੈਂਡਰਡ ਡਿਡਕਸ਼ਨ ਜਿਹੜੀ ਹੈ 50000 ਦਾ ਤੁਹਾਨੂੰ ਫਾਇਦਾ ਮਿਲਦਾ ਹੈ ਰੈਜ਼ਨ ਆਲੀ ਜਿਹੜੇ ਸੈਲਿਡ ਕਲਾਸ ਨੇ ਉਹਨਾਂ ਨੂੰ 87A ਦਾ ਵੀ ਜਿਹੜਾ ਲਾਭ ਮਿਲਦਾ ਯਾਨੀ ਕਿ 5 ਲੱਖ ਤੱਕ ਦੀ ਜੇਕਰ ਤੁਹਾਡੀ ਆਮਦਨ ਹੈ ਜਾਂ ਫਿਰ ਕਹਿ ਲਈਏ ਕਿ 5.5 ਲੱਖ ਦੀ ਤੁਹਾਡੀ ਆਮਦਨ ਹੈ ਤਾਂ ਤੁਹਾਨੂੰ ਕੋਈ ਵੀ ਟੈਕਸ ਜਿਹੜਾ ਹੈ ਨਹੀਂ ਦੇਣਾ ਪੈਂਦਾ 올 ਟੈਕਸ ਰੈਜ਼ਾਈਮ ਦੀ ਜੇਕਰ ਗੱਲ ਕਰੀਏ ਤਾਂ ਔਰ ਇਸ ਦੇ ਨਾਲ ਹੀ ਤੁਸੀਂ 80C ਯਾਨੀ ਕਿ ਆਪਣੀ ਅਲੱਗ-ਅਲੱਗ ਤਰ੍ਹਾਂ ਦੀਆਂ ਸੇਵਿੰਗਸ ਦਾ ਫਾਇਦਾ ਵੀ ਲੈ ਸਕਦੇ ਹੋ ਚਾਹੇ ਤੁਸੀਂ LIC ਦੇ ਵਿੱਚ ਜਿਹੜੀ ਆ ਆਪਣੀ ਸੇਵਿੰਗ ਕਰ ਰਹੇ ਹੋ ਜਾਂ ਫਿਰ ਕਿਸੇ ਹੋਰ ਤਰ੍ਹਾਂ ਦੇ ਫੰਡ ਦੇ ਵਿੱਚ ਜਿੱਥੇ ਕਿ ਤੁਹਾਨੂੰ ਟੈਕਸ ਦੀ ਜਿਹੜੀ ਸੇਵਿੰਗ ਦਾ ਫਾਇਦਾ ਮਿਲਦਾ ਹੈ ਚਾਹੇ ਹੋਮ ਲੋਨ ਦੀ ਗੱਲ ਹੋਵੇ ਚਾਹੇ ਫਿਰ ਮੈਡੀਕਲ ਇੰਸ਼ੋਰੈਂਸ ਦੀ ਗੱਲ ਹੋਵੇ ਹਰ ਤਰ੍ਹਾਂ ਦੀ ਸੇਵਿੰਗ ਕਰਕੇ ਚਾਹੇ PPF ਹੋਵੇ ਤੁਸੀਂ ਆਪਣਾ ਟੈਕਸ ਜਿਹੜਾ ਹੈ ਬਚਾ ਸਕਦੇ ਹੋ ਪਰ ਜੇਕਰ ਦੋਸਤੋ ਨਿਊ ਟੈਕਸ ਰਜਿਮ ਦੀ ਗੱਲ ਕਰੀਏ ਨਿਊ ਟੈਕਸ ਰਜਿਮ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਸਾਰਾ ਫਰਕ ਜਿਹੜਾ ਹੈ ਪੈ ਜਾਂਦਾ ਹੈ ਓਲਟੈਕਸ ਰਜਿਮ ਤੋਂ ਕਿਉਂਕਿ ਪਹਿਲਾਂ ਤਾਂ ਸਲੈਬ ਵੱਖਰੇ ਨੇ ਪਿਛਲੇ ਸਾਲ ਦੇ ਬਜਟ ਦੇ ਵਿੱਚ ਟੈਕਸ ਸਲੈਬ ਦੇ ਵਿੱਚ ਵੱਡਾ ਅੰਤਰ ਜਿਹੜਾ ਹੈ ਨਿਊ ਟੈਕਸ ਰਜਿਮ ਦੇ ਵਿੱਚ ਕੀਤਾ ਗਿਆ ਸਭ ਤੋਂ ਪਹਿਲਾਂ ਦੋਸਤੋ ਮੈਂ ਦੱਸਦਾ ਕਿ ਨਿਊ ਟੈਕਸ ਰਜਿਮ ਇਸ ਵਾਰ ਡਿਫਾਲਟ ਟੈਕਸ ਰਜਿਮ ਹੋਵੇਗਾ ਯਾਨੀ ਕਿ ਤੁਹਾਨੂੰ ਜੇਕਰ ਤੁਸੀਂ ਇਹ ਲਿਖ ਕੇ ਨਹੀਂ ਦਿੰਦੇ ਆਪਣੇ ਸਬੰਧਤ ਦਫ਼ਤਰ ਨੂੰ ਤਾਂ ਨਿਊ ਟੈਕਸ ਰਜਿਮ ਦੇ ਵਿੱਚ ਹੀ ਜਿਹੜਾ ਤੁਹਾਡਾ ਟੈਕਸ ਕੱਟੇਗਾ ਅ ਸਲੈਬ ਜਿਹੜੇ ਨੇ ਉਹ 3 ਲੱਖ ਤੱਕ ਕੋਈ ਟੈਕਸ ਨਹੀਂ ਹੋਵੇਗਾ 3 ਲੱਖ ਤੋਂ 6 ਲੱਖ ਤੱਕ 5% 6 ਤੋਂ 9 10% 9 ਤੋਂ 12 15% 12 ਤੋਂ 15 20% ਤੇ 15 ਲੱਖ ਤੋਂ ਉਪਰ 30% ਟੈਕਸ ਜਿਹੜਾ ਹੈ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਜਿਹੜਾ ਕੱਟਿਆ ਜਾਵੇਗਾ ਦੋਸਤੋ ਹੁਣ ਵੱਡਾ ਫਰਕ ਕੀ ਹੈ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਭਾਰਤ ਸਰਕਾਰ ਨੇ ਸਭ ਤੋਂ ਵੱਡਾ ਚੇਂਜ ਜਿਹੜਾ ਉਹ ਇਹ ਲੈ ਕੇ ਆਂਦਾ ਕਿ ਕਿਸੇ ਤਰ੍ਹਾਂ ਦੀ ਸੇਵਿੰਗ ਦਾ ਲਾਭ ਤੁਹਾਨੂੰ ਨਿਊ ਟੈਕਸ ਰੈਜ਼ੀਮ ਦੇ ਵਿੱਚ ਨਹੀਂ ਹੋਵੇਗਾ ਯਾਨੀ ਕਿ 80C ਸੈਕਸ਼ਨ ਦੇ ਵਿੱਚ ਜਿੰਨੀਆਂ ਤੁਸੀਂ ਸੇਵਿੰਗਸ ਕਰਦੇ ਹੋ ਉਹਦਾ ਲਾਭ ਤੁਹਾਨੂੰ ਨਿਊ ਟੈਕਸ ਰਜਿਮ ਦੇ ਵਿੱਚ ਨਹੀਂ ਮਿਲੇਗਾ ਬਹੁਤ ਸਾਰੀਆਂ ਐਗਜ਼ੈਂਪਸ਼ਨ ਤੁਹਾਨੂੰ ਮਿਲਦੀਆਂ ਸਨ ਚਾਹੇ ਉਹ ਹੈਲਥ ਇੰਸ਼ੋਰੈਂਸ ਦੀ ਗੱਲ ਹੋਵੇ ਜਾਂ ਫਿਰ ਐਚਬੀਏ ਰਿਬੇਟ ਦੀ ਗੱਲ ਹੋਵੇ ਉਹਦਾ ਲਾਭ ਤੁਹਾਨੂੰ ਨਿਊ ਟੈਕਸ ਰਜਿਮ ਦੇ ਵਿੱਚ ਨਹੀਂ ਮਿਲੇਗਾ ਯਾਨੀ ਕਿ ਜੇਕਰ ਤੁਸੀਂ ਹਾਊਸ ਲੋਨ ਲਿੱਤਾ ਹੋਇਆ ਤਾਂ ਉਸ ਦਾ ਲਾਭ ਵੀ ਨਿਊ ਟੈਕਸ ਰਜਿਮ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ ਇੱਕ ਜ਼ਰੂਰ ਮੈਂ ਦੱਸਦਾ ਕਿ ਜੇਕਰ ਤੁਹਾਡੀ ਆਮਦਨ 7 ਲੱਖ ਹੈ ਤਾਂ 87A ਦਾ ਲਾਭ ਤੁਹਾਨੂੰ ਮਿਲੇਗਾ ਯਾਨੀ ਕਿ 7 ਲੱਖ ਤੱਕ ਦੀ ਆਮਦਨ ਦੇ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ 50000 ਦੀ ਸਟੈਂਡਰਡ ਡਿਡਕਸ਼ਨ ਦਾ ਲਾਭ ਵੀ ਜਿਹੜਾ ਹੈ ਤੁਹਾਨੂੰ ਨਿਊ ਟੈਕਸ ਰਜਿਮ 'ਚ ਮਿਲੇਗਾ ਯਾਨੀ ਕਿ ਸਾਢੇ 7 ਲੱਖ ਤੱਕ ਦੀ ਆਮਦਨ ਜੇਕਰ ਤੁਹਾਡੀ ਹੈ ਨਿਊ ਟੈਕਸ ਰਜਿਮ ਦੇ ਵਿੱਚ ਤੁਹਾਨੂੰ ਫਾਇਦਾ ਯਾਨੀ ਕਿ ਕੋਈ ਟੈਕਸ ਤੁਹਾਨੂੰ ਇੱਥੇ ਨਹੀਂ ਦੇਣਾ ਹੋਵੇਗਾ ਯਾਨੀ ਕਿ ਕੋਈ ਵੀ ਸੇਵਿੰਗ ਨਾ ਕਰਦੇ ਹੋਏ ਵੀ ਸਾਢੇ 7 ਲੱਖ ਤੱਕ ਤੁਸੀਂ ਆਪਣਾ ਟੈਕਸ ਜਿਹੜਾ ਹੈ ਬਚਾ ਸਕੋਗੇ ਜੇਕਰ ਤੁਸੀਂ ਨਿਊ ਟੈਕਸ ਰਜਾਈਮ ਦੀ ਜਿਹੜੀ ਹੈ ਵਰਤੋਂ ਕਰਦੇ ਹੋ ਔਰ ਤੁਹਾਡੀ ਆਮਦਨ ਜਿਹੜੀ ਹੈ 7.5 ਲੱਖ ਤੋਂ ਘੱਟ ਹੈ ਪਰ ਜੇਕਰ 7.5 ਲੱਖ ਤੋਂ ਵੱਧ ਤੁਹਾਡੀ ਆਮਦਨ ਹੈ ਤਾਂ ਅੱਗੇ ਗੱਲ ਕਰਦੇ ਹਾਂ ਕਿ ਕਿੰਨੀ ਆਮਦਨ ਤੇ ਤੁਹਾਨੂੰ ਕਿਹੜਾ ਟੈਕਸ ਰਜਾਈਮ ਜਿਹੜਾ ਹੈ ਤੁਹਾਨੂੰ ਚੁਣਨਾ ਚਾਹੀਦਾ ਹੈ ਔਰ ਇਸ ਨਾਲ ਹੀ ਦੋਸਤੋ ਇਹ ਗੱਲ ਕਰੀਏ ਕਿ 1 ਫਰਵਰੀ ਨੂੰ ਕੇਂਦਰ ਸਰਕਾਰ ਦਾ ਜਿਹੜਾ ਬਜਟ ਹੈ ਉਹ ਵੀ ਆਉਣ ਵਾਲਾ ਹੈ ਮਲਾਜ਼ਮਾਂ ਦੇ ਲਈ ਜਾਂ ਫਿਰ ਟੈਕਸ ਪੇਅਰਜ਼ ਦੇ ਲਈ ਇੱਥੇ ਕੀ ਹੋ ਸਕਦਾ ਹੈ ਬਹੁਤ ਸਾਰੇ ਲੋਕੇ ਆਸ ਕਰ ਰਹੇ ਨੇ ਕਿ 올ਟੈਕਸ ਰਜਿਮ ਦੇ ਵਿੱਚ ਜੋ ਛੋਟ ਐ ਟੈਕਸ ਦੀ 2.2 ਲੱਖ ਤੱਕ ਉਸ ਦੇ ਵਿੱਚ ਵਾਧਾ ਜਿਹੜਾ ਹੈ ਕੀਤਾ ਜਾਣਾ ਚਾਹੀਦਾ ਪਰ ਇਸ ਦੀ ਆਸ ਬਹੁਤ ਘੱਟ ਹੈ ਕਿਉਂਕਿ ਕੇਂਦਰ ਸਰਕਾਰ ਨਿਊ ਟੈਕਸ ਰਜਿਮ ਨੂੰ ਜਿਹੜਾ ਹੈ ਹਰ ਸਾਲ ਉਤਸ਼ਾਹਿਤ ਕਰ ਰਹੀ ਹੈ ਲੋਕਾਂ ਨੂੰ ਸਹਿਯੋਗੀ ਹੈ ਕਿ ਨਿਊ ਟੈਕਸ ਰਜਿਮ ਦੀ ਜਿਹੜੀ ਹੈ ਵਰਤੋਂ ਕੀਤੀ ਜਾਵੇ ਸੋ ਇਸ ਕਰਕੇ ਇਸ ਦੀ ਸੰਭਾਵਨਾ ਘੱਟ ਹੈ ਕਿ 올ਟੈਕਸ ਰਜਿਮ ਦੇ ਵਿੱਚ ਕੋਈ ਜਿਹੜਾ ਫਰਕ ਹੋ ਸਕਦਾ ਸਟੈਂਡਰਡ ਡਿਡਕਸ਼ਨ ਜਿਹੜੀ 50000 ਹੈ ਉਸ ਨੂੰ ਵਧਾਉਣ ਦੀ ਗੱਲ ਜਿਹੜੀ ਹੈ ਜ਼ਰੂਰ ਹੋ ਸਕਦੀ ਹੈ ਯਾਨੀ ਕਿ ਉਸ ਨੂੰ ਵਧਾ ਕੇ 1 ਲੱਖ ਜ਼ਰੂਰ ਕੀਤਾ ਜਾ ਸਕਦਾ ਪਰ ਜਿਸ ਤਰ੍ਹਾਂ ਕੇਂਦਰ ਸਰਕਾਰ ਨਿਊ ਟੈਕਸ ਰਜਿਮ ਨੂੰ ਜਿਹੜਾ ਹੈ ਹਰ ਸਾਲ ਉਤਸ਼ਾਹਿਤ ਕਰ ਰਹੀ ਹੈ ਸੋ ਹੋ ਸਕਦਾ ਹੈ ਕਿ ਨਿਊ ਟੈਕਸ ਰਜਿਮ ਦੇ ਵਿੱਚ ਕੋਈ ਫਰਕ ਜਿਹੜਾ ਹੈ ਜਾਂ ਕੋਈ ਸਲੈਬ ਜਿਹੜੇ ਨੇ ਉਹ ਚੇਂਜ ਕੀਤੇ ਜਾ ਸਕਣ ਪਰ ਇਹਦੀ ਸੰਭਾਵਨਾ ਵੀ ਜਿਹੜੀ ਹੈ ਬਹੁਤ ਘੱਟ ਹੈ ਪਰ ਦੋਸਤੋ ਹੁਣ ਇਹ ਗੱਲ ਕਰਦੇ ਆ ਕਿ ਕਿੰਨੀ ਆਮਦਨ ਵਾਲੇ ਮਲਾਜ਼ਮ ਨੂੰ ਵਿਅਕਤੀ ਨੂੰ ਜਿਹੜਾ ਹੈ ਕਿਹੜੀ ਟੈਕਸ ਰਜਿਮ ਜਿਹੜੀ ਹੈ ਉਹ ਚੁਣਨੀ ਚਾਹੀਦੀ ਹੈ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇਕਰ ਤੁਹਾਡੀ ਆਮਦਨ 7.5 ਲੱਖ ਤੱਕ ਹੈ ਤਾਂ ਤੁਹਾਨੂੰ ਨਿਊ ਟੈਕਸ ਰਜਿਮ ਦੀ ਜਿਹੜੀ ਹੈ ਵਰਤੋਂ ਕਰਕੇ ਆਪਣਾ ਟੈਕਸ ਬਚਾਉਣਾ ਚਾਹੀਦਾ ਹੈ ਪਰ ਜੇਕਰ ਤੁਹਾਡੀ ਜਿਹੜੀ ਆਮਦਨ ਹੈ ਉਹ 10 ਲੱਖ ਤੱਕ ਹੈ ਤਾਂ 10 ਲੱਖ ਤੀ ਆਮਦਨ ਵਾਲੇ ਨੂੰ ਇਹ ਦੇਖਣਾ ਹੋਵੇਗਾ ਕਿ ਜੇਕਰ ਉਸ ਦੀ ਸੇਵਿੰਗ ਜਿਹੜੀ ਹੈ 262500 ਰੁਪਏ ਤੱਕ ਬਣਦੀ ਹੈ ਤਾਂ ਉਸ ਨੂੰ ਜਿਹੜੀ ਆਊਟ ਟੈਕਸ ਰਜ਼ੀਮ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਜੇਕਰ ਤੁਹਾਡੀ ਸੇਵਿੰਗ ਇੰਨੀ ਨਹੀਂ ਆ ਤਾਂ ਨਿਊ ਟੈਕਸ ਰਜ਼ੀਮ ਹੀ ਜਿਹੜਾ ਹੈ ਤੁਹਾਨੂੰ ਚੁਣਨਾ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੀ ਆਮਦਨ 12 ਲੱਖ ਤੱਕ ਹੈ ਤਾਂ ਤੁਹਾਡੀ ਜਿਹੜੀ ਸੇਵਿੰਗ ਹੈ ਉਹ 3 ਲੱਖ ਤੱਕ ਦੀ ਜਿਹੜੀ ਹੈ ਹੋਣੀ ਚਾਹੀਦੀ ਹੈ ਜੇਕਰ 3 ਲੱਖ ਦੀ ਸੇਵਿੰਗ ਤੁਹਾਡੀ ਨਹੀਂ ਹੈ تا پھر ਤੁਹਾਨੂੰ ਵੀ ਨਿਊ ਟੈਕਸ ਰਜਿਮ ਦੀ ਵਰਤੋ ਹੀ ਜਿਹੜੀ ਆ ਕਰਨੀ ਚਾਹੀਦੀ ਹੈ 3 ਲੱਖ ਜਾਂ ਫਿਰ 3 ਲੱਖ ਤੋਂ ਉੱਪਰ ਤੁਹਾਡੀ ਸੇਵਿੰਗ ਹੈ 12 ਲੱਖ ਤੁਹਾਡੀ ਆਮਦਨ ਹੈ ਤਾਂ 올 ਟੈਕਸ ਰਜਿਮ ਦੀ ਜਿਹੜੀ ਹੈ ਵਰਤੋ ਤੁਹਾਨੂੰ ਕਰਨੀ ਚਾਹੀਦੀ ਹੈ ਔਰ ਇਸੇ ਤਰ੍ਹਾਂ ਹੀ ਜੇਕਰ ਤੁਹਾਡੀ ਆਮਦਨ 15 ਲੱਖ ਤੱਕ ਹੈ ਤਾਂ ਤੁਹਾਡੇ ਲਈ ਸੇਵਿੰਗ ਜਿਹੜੀ ਹੈ 358000 ਦੀ ਹੋਣੀ ਚਾਹੀਦੀ ਹੈ ਅਗਰ ਇਸ ਤਰ੍ਹਾਂ ਨਹੀਂ ਹੈ ਤਾਂ ਫਿਰ ਤੁਸੀਂ ਵੀ ਜਿਹੜੀ ਹੈ ਨਿਊ ਟੈਕਸ ਰਜਿਮ ਦੀ ਵਰਤੋ ਜਿਹੜੀ ਹੈ ਕਰ ਸਕਦੇ ਹੋ ਜੇਕਰ ਤੁਹਾਡੀ ਆਮਦਨ 20 ਲੱਖ ਤੱਕ ਹੈ ਤਾਂ 375000 ਦੀ ਸੇਵਿੰਗ ਜਿਹੜੀ ਤੁਹਾਡੀ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ 올 ਟੈਕਸ ਰਜਿਮ ਦਾ ਜਿਹ ले ਸਕਦੇ ਹੋ ਪਰ ਜੇਕਰ ਇਸ ਤਰ੍ਹਾਂ ਨਹੀਂ ਹੈ ਤਾਂ ਫਿਰ ਤੁਹਾਨੂੰ ਨਿਊ ਟੈਕਸ ਰਜਿਮ ਦੀ ਹੀ ਵਰਤੋਂ ਜਿਹੜੀ ਹੈ ਕਰਨੀ ਚਾਹੀਦੀ ਹੈ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰੀ ਹੈ 올ਡ ਟੈਕਸ ਰਜਿਮ ਨਿਊ ਟੈਕਸ ਰਜਿਮ ਜਿਹੜੀ ਕਿ ਪਿਛਲੇ ਵਾਰ ਦੇ ਬਜਟ ਦੇ ਵਿੱਚ ਬਹੁਤ ਸਾਰੇ ਚੇਂजेस ਜਿਹੜੇ ਨੇ ਕੀਤੇ ਗਏ ਨੇ ਨਿਊ ਟੈਕਸ ਰਜਿਮ ਦੇ ਵਿੱਚ ਕਿਹੜੀ ਆਮਦਨ ਵਾਲੇ ਨੂੰ ਕਿਹੜੀ ਟੈਕਸ ਰਜਿਮ ਦੀ ਜਿਹੜੀ ਹੈ ਚੋਣ ਕਰਨੀ ਚਾਹੀਦੀ ਹੈ ਕਿਉਂਕਿ ਨਿਊ ਟੈਕਸ ਰਜਿਮ ਦੇ ਵਿੱਚ ਕਿਸੇ ਤਰ੍ਹਾਂ ਦੀ ਐਗਜ਼ੈਂਪਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ 80C ਦੀ ਜਿਹੜੀ ਸੇਵਿੰਗਸ ਅਸੀਂ ਪਿਛਲੇ ਸਾਲ ਕਰ ਰਹੇ ਸੀ 올 ਟੈਕਸ ਰਜਿਮ ਦੇ ਵਿੱਚ ਨਿਊ ਟੈਕਸ ਰਜਿਮ ਦੇ ਵਿੱਚ ਵੀ ਜਿਹੜੀ ਹੈ ਕਿਸੇ ਤਰ੍ਹਾਂ ਦੀ ਛੋਟ ਜਿਹੜੀ 80C ਦੇ ਵਿੱਚ ਜਾਂ ਫਿਰ ਸੇਵਿੰਗ ਦੇ ਲਈ ਉਸਾਈ ਸਰਕਾਰ ਨਹੀਂ ਕਰ ਰਹੀ ਕਿਉਂਕਿ ਇਸ ਦਾ ਲਾਭ ਤੁਹਾਨੂੰ ਨਿਊ ਟੈਕਸ ਰਜਿਮ ਦੇ ਵਿੱਚ ਨਹੀਂ ਮਿਲੇਗਾ ਔਰ ਆਉਣ ਵਾਲੇ ਬਜਟ ਦੇ ਵਿੱਚ ਮੁਲਾਜ਼ਮਾਂ ਦੇ ਲਈ ਟੈਕਸ ਫੀਅਰਸ ਦੇ ਲਈ ਇਨਕਮ ਟੈਕਸ ਜਿਹੜੀ ਸਲੈਬਸ ਨੇ ਉਸ ਦੇ ਵਿੱਚ ਕੋਈ ਵੱਡਾ ਅੰਤਰ ਦੇਖਣ ਨੂੰ ਸ਼ਾਇਦ ਇਸ ਵਾਰ ਨਹੀਂ ਮਿਲੇਗਾ ਸਟੈਂਡਰਡ ਡਿਡਕਸ਼ਨ ਦੀ ਆਸ ਜਿਹੜੀ ਜ਼ਰੂਰ ਕੀਤੀ ਜਾ ਸਕਦੀ ਹੈ ਕਿ 50000 ਦੀ ਸਟੈਂਡਰਡ ਡਿਡਕਸ਼ਨ ਜਿਹੜੀ ਹੈ ਉਸ ਨੂੰ ਵਧਾ ਕੇ 1 ਲੱਖ ਰੁਪਏ ਜਿਹੜਾ ਹੈ ਕੀਤਾ ਜਾ ਸਕੇ ਸੋ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਵਾਸ ਇਸੇ ਤਰ੍ਹਾਂ ਜੁੜੇ ਰਹੋ ਇਸੇ ਤਰ੍ਹਾਂ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ